ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਕੌਰ, ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਸ਼ੋ ਕੁੱਕ ਵਿਦ ਕੌਰ ਵਿੱਚ। ਅੱਜ ਦੀ ਮੇਰੀ ਰੈਸਪੀ ਹੈ ਦਾਲ ਮੱਖਣੀ, ਢਾਬੇ ਵਰਗੀ ਦਾਲ ਮੱਖਣੀ, ਜਿਹੜੀ ਅਸੀਂ ਆਮ ਕਰਕੇ ਪੰਜਾਬ ਦੇ ਢਾਬਿਆਂ ਦੇ ਵਿੱਚ ਸਾਨੂੰ ਦਾਲ ਜਿਹੜੀ ਮਿਲਦੀ ਹੈ ਉਹ ਘਰ ਵਿੱਚ ਉਸ ਤਰ੍ਹਾਂ ਦੀ ਨਹੀਂ ਬਣਦੀ, ਕਿਉਂਕਿ ਅਸੀਂ ਕੁੱਕਰ 'ਚ ਸੀਟੀਆਂ ਮਰਵਾਉਂਦੇ ਹਾਂ। ਸੋ ਅੱਜ ਮੈਂ ਚੁੱਲ੍ਹੇ ਦੇ ਉੱਤੇ ਉਹ ਦਾਲ ਮੱਖਣੀ ਬਣਾਉਣ ਲੱਗੀ ਹਾਂ ਵੀ ਤੌੜੀ ਦੇ ਵਿੱਚ। ਉਹਦੇ ਲਈ ਤੁਸੀਂ ਇੰਗਰੀਡੈਂਟਸ ਨੋਟ ਕਰ ਲਓ। ਮਾਂ ਧੋਤੇ ਹੋਏ ਵਾਂਗ ਇੱਕ ਕਟੋਰੀ, ਅੱਧੀ ਕਟੋਰੀ ਰਾਜਮਾ, ਮੱਖਣ ਦੋ ਵੱਡੇ ਚਮਚ, ਪਿਆਜ਼ ਦੋ ਬਰੀਕ ਕੱਟੇ ਹੋਏ, ਦੇਸੀ ਘਿਓ, ਲੰਬਾ ਬਰੀਕ ਕੱਟਿਆ ਹੋਇਆ ਅਦਰਕ, ਛੋਟੇ ਟੁਕੜਿਆਂ ਵਿੱਚ ਕੱਟਿਆ ਹੋਇਆ ਲਸਣ, ਲੰਬਾ ਕੱਟਿਆ ਹੋਇਆ ਪਿਆਜ਼, ਸਰ੍ਹੋਂ ਦਾ ਤੇਲ, ਇੱਕ ਚਮਚ ਕਾਲੀ ਮਿਰਚ, ਇੱਕ ਚਮਚ ਨਮਕ, ਅੱਧਾ ਚਮਚ ਤੇਖੀ ਮਿਰਚ, ਇੱਕ ਚਮਚ ਧਨੀਆ ਪਾਊਡਰ, ਇੱਕ ਚਮਚ ਗਰਮ ਮਸਾਲਾ, ਇੱਕ ਚਮਚ ਜੀਰਾ, ਛੋਟਾ ਬਰੀਕ ਕੱਟਿਆ ਹੋਇਆ ਅਦਰਕ, ਹਰਾ ਧਨੀਆ, ਦੋ ਟਮਾਟਰ ਬਰੀਕ ਕੱਟੇ ਹੋਏ, ਚਾਰ ਪੰਜ ਹਰੀਆਂ ਮਿਰਚਾਂ ਬਰੀਕ ਕੱਟੀਆਂ ਹੋਈਆਂ। ਦਾਲ ਮੱਖਣੀ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਮਿੱਟੀ ਦਾ ਭਾਂਡਾ ਲੈਣਾ ਹੈ। ਮੈਂ ਮਿੱਟੀ ਦੀ ਤੋੜੀ ਲਈ ਹੋਈ ਹੈ। ਉਹਦੇ ਵਿੱਚ ਅਸੀਂ ਦਾਲ ਅਤੇ ਰਾਜਮਾ ਮੈਂ ਪਹਿਲਾਂ ਤੋਂ ਧੋ ਕੇ ਰੱਖੇ ਹੋਏ ਜਿਹੜੇ ਉਹ ਪਾ ਦੇਣੇ। ਨਾਲ ਹੀ ਅਸੀਂ ਇਹਦੇ ਵਿੱਚ ਪਾਣੀ ਪਾ ਦੇਣਾ। ਅੱਗ ਸਾਡੀ ਪੂਰੀ ਤਰ੍ਹਾਂ ਬਲ ਗਈ ਹੋਈ ਹੈ। ਹੁਣ ਅਸੀਂ ਤੌੜੀ ਜਿਹੜੀ ਆ ਉਹ ਅੱਗ ਦੇ ਉੱਤੇ ਰੱਖ ਦੇਣੀ ਹੈ। ਇਹਦੇ ਵਿੱਚ ਅਸੀਂ ਅਜੇ ਕੁਛ ਵੀ ਨਹੀਂ ਪਾਉਣਾ, ਸਿਰਫ ਅਸੀਂ ਇਹਦੀ ਦਾਲ ਖੁੱਲ੍ਹਣ ਦਾ ਇੰਤਜ਼ਾਰ ਕਰਨਾ ਹੈ। ਜਦੋਂ ਦਾਲ ਦੋ ਟੁਕੜਿਆਂ ਵਿੱਚ ਵੰਡੀ ਜਾਏਗੀ ਫਿਰ ਅਸੀਂ ਇਹਦੇ ਵਿੱਚ ਬਾਕੀ ਜੋ ਸਮਾਨ ਅਸੀਂ ਪਾਉਣਾ ਉਹ ਮੈਂ ਤੁਹਾਨੂੰ ਦੱਸੀ ਜਾਵਾਂਗੀ ਨਾਲ ਨਾਲ। ਹੁਣ ਅਸੀਂ ਫਿਲਹਾਲ ਇਹਨੂੰ ਢੱਕ ਕੇ ਰੱਖ ਦੇਣਾ। ਦਾਲ ਸਾਡੀ ਨੂੰ ਖੁੱਲ੍ਹਣ ਲੱਗਿਆਂ 10-15 ਮਿੰਟ ਲੱਗ ਜਾਣੇ ਆ। ਜਦੋਂ ਓਪਨ ਹੋ ਜਾਏਗੀ ਪੂਰੀ ਤਰ੍ਹਾਂ ਉਹਦੇ ਦੋ ਟੁਕੜੇ ਹੋ ਜਾਣਗੇ, ਫਿਰ ਅਸੀਂ ਵਿੱਚ ਜਿਹੜੇ ਮਿਰਚ ਮਸਾਲੇ ਉਹ ਪਾਉਣੇ ਆ। ਹੁਣ ਥੋੜ੍ਹੀ ਦੇਰ ਤੱਕ ਅਸੀਂ ਇਹਨੂੰ ਦੇਖਾਂਗੇ, ਉਬਾਲਾ ਸ਼ੁਰੂ ਹੋ ਗਿਆ ਹੈ ਦਾਲ ਨੂੰ, ਬਸ ਥੋੜ੍ਹੀ ਦੇਰ ਤੱਕ ਇਹ ਖੁੱਲ੍ਹਣੀ ਸ਼ੁਰੂ ਹੋ ਜਾਣੀ ਹੈ ਦਾਲ। ਦਾਲ ਸਾਡੀ ਉਬਾਲੇ ਲੈਂਦੀ ਪਈ ਹੈ ਅਜੇ, ਪਰ ਖੁੱਲ੍ਹੀ ਨਹੀਂ ਹੈ। ਜਦੋਂ ਇਹ ਖੁੱਲ੍ਹੇਗੀ ਫਿਰ ਇਹਦੇ ਵਿੱਚ ਅਸੀਂ ਸਰ੍ਹੋਂ ਦਾ ਤੇਲ ਪਾਉਣਾ ਹੈ ਅਤੇ ਥੋੜ੍ਹਾ ਜਿਹਾ ਲੂਣ ਪਾਉਣਾ ਹੈ, ਥੋੜ੍ਹੇ ਜਿਹੇ ਪਿਆਜ਼, ਥੋੜ੍ਹਾ ਜਿਹਾ ਲੰਬਾ ਪਤਲਾ ਕੱਟਿਆ ਹੋਇਆ ਅਦਰਕ, ਪਰ ਅਜੇ ਸਾਨੂੰ ਥੋੜ੍ਹੀ ਕੁ ਵੇਟ ਕਰਨੀ ਪੈਣੀ ਹੈ ਜੀ। 15-20 ਮਿੰਟ ਹੋ ਗਏ ਆ ਸਾਡੀ ਦਾਲ ਰੱਖੀ ਨੂੰ। ਮੈਨੂੰ ਲੱਗਦਾ ਹੈ ਕਿ ਦਾਲ ਪੂਰੀ ਤਰ੍ਹਾਂ ਖੁੱਲ੍ਹ ਗਈ ਹੋਈ ਹੈ। ਇਹ ਦੇਖੋ ਇਹਦੇ ਪੀਸ ਹੋ ਗਏ ਨੇ, ਦਾਲ ਪੂਰੀ ਤਰ੍ਹਾਂ ਆਪਣੀ ਗਲ ਗਈ ਹੈ। ਇਹਦਾ ਛਿਲਕਾ ਜਿਹੜਾ ਅਲੱਗ ਹੋ ਗਿਆ ਹੋਇਆ, ਇਹ ਦੋ ਹਿੱਸਿਆਂ 'ਚ ਹੋ ਗਈ ਹੈ, ਦੇਖੋ ਨਰਮ ਹੋ ਗਈ ਹੈ ਦਾਲ। ਦਾਲ ਆਪਣੀ ਹੁਣ ਖੁੱਲ੍ਹ ਚੁੱਕੀ ਹੋਈ ਆ। ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜਾ ਇਹ 'ਚ ਸਰ੍ਹੋਂ ਦਾ ਤੇਲ ਹੈ ਉਹ ਪਾਉਣਾ। ਲਸਣ ਜਿਹੜਾ ਬਰੀਕ ਕੱਟਿਆ ਹੋਇਆ ਉਹ ਅਸੀਂ ਅੱਧਾ ਪਾਉਣਾ, ਅੱਧਾ ਬਾਅਦ ਵਿੱਚ ਅਸੀਂ ਤੜਕੇ 'ਚ ਪਾਉਣਾ। ਇਸੇ ਤਰ੍ਹਾਂ ਅਦਰਕ ਅੱਧਾ ਅਸੀਂ ਹੁਣ ਪਾਉਣਾ, ਅੱਧਾ ਤੜਕੇ 'ਚ ਪਾਉਣਾ। ਲੰਬੇ ਕੱਟੇ ਹੋਏ ਪਿਆਜ਼ ਜਿਹੜੇ ਆ ਉਹ ਸਾਰੇ ਪਾਉਣੇ ਆ ਅਸੀਂ ਵਿੱਚ। ਇੱਕ ਚਮਚ ਅਸੀਂ ਇਹਦੇ ਵਿੱਚ ਲੂਣ ਪਾਉਣਾ ਹੈ, ਜੇ ਕੱਟ ਹੋਇਆ ਤਾਂ ਬਾਅਦ 'ਚ ਅਸੀਂ ਤੜਕੇ 'ਚ ਪਾ ਦਿੰਦੇ। ਹੁਣ ਅਸੀਂ ਇਹਦੇ ਵਿੱਚ ਹੋਰ ਕੁਛ ਵੀ ਨਹੀਂ ਪਾਉਣਾ। ਇਹਨੂੰ 3-4 ਜਾਂ 5 ਘੰਟੇ ਵਾਸਤੇ ਇਹਨੂੰ ਚੁੱਲ੍ਹੇ ਦੀ ਅੱਗ 'ਤੇ ਇਸ ਤਰ੍ਹਾਂ ਦਾਲ ਨੂੰ ਰੱਖਣਾ ਹੈ। ਥੋੜ੍ਹੀ ਥੋੜ੍ਹੀ ਦੇਰ ਬਾਅਦ ਅਸੀਂ ਹਿਲਾਉਂਦੇ ਜਾਵਾਂਗੇ, ਵੇਖਦੇ ਜਾਵਾਂਗੇ ਕਿ ਦਾਲ ਦਾ ਪਾਣੀ ਤਾਂ ਨਹੀਂ ਸੁੱਕ ਗਿਆ। ਜੇ ਸੁੱਕ ਗਿਆ ਹੋਏਗਾ ਤਾਂ ਪਾਣੀ ਅਸੀਂ ਇਹਦੇ ਵਿੱਚ ਗਰਮ ਕਰਕੇ ਪਾਈ ਜਾਣਾ ਹੈ ਥੋੜ੍ਹਾ ਥੋੜ੍ਹਾ ਕਰਕੇ। ਦਾਲ ਰੱਖੀ ਨੂੰ 4-5 ਘੰਟੇ ਹੋ ਗਏ ਆ, ਇਹ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ। ਹੁਣ ਆਪਾਂ ਇਹਨੂੰ ਤੌੜੀ ਨੂੰ ਥੱਲੇ ਲਾਉਣਾ ਹੈ ਅਤੇ ਇਹਦੇ ਤੜਕੇ ਦੀ ਤਿਆਰੀ ਕਰਨੀ ਹੈ। ਹੁਣ ਆਪਾਂ ਤੜਕਣੀ ਲੈਣੀ ਹੈ, ਉਹਦੇ ਵਿੱਚ ਅਸੀਂ ਦੇਸੀ ਘਿਓ ਪਾਉਣਾ, ਦੇਸੀ ਘਿਓ ਜਦੋਂ ਗਰਮ ਹੋ ਜਾਏਗਾ ਉਦੋਂ ਅਸੀਂ ਇਹਦੇ ਵਿੱਚ ਜੀਰਾ ਪਾਉਣਾ। ਸਭ ਤੋਂ ਪਹਿਲਾਂ ਅੱਧਾ ਲਸਣ ਅਸੀਂ ਪਹਿਲਾਂ ਦਾਲ ਵਿੱਚ ਪਾਤਾ ਸੀ, ਹੁਣ ਅਸੀਂ ਅੱਧਾ ਜਿਹੜਾ ਲਸਣ ਬਚਿਆ ਹੋਇਆ ਹੁਣ ਅਸੀਂ ਇਹਦੇ ਵਿੱਚ ਪਾ ਲੈਂਦੇ। ਲਸਣ ਨੂੰ ਥੋੜ੍ਹਾ ਜਿਹਾ ਅਸੀਂ ਭੁੰਨਣਾ ਹੈ ਤਾਂ ਕਿ ਇਹਦਾ ਜਿਹੜਾ ਕੱਚਾ ਪਾਣਾ ਉਹ ਦੂਰ ਹੋ ਜਾਵੇ, ਅਤੇ ਨਾਲ ਹੀ ਅਸੀਂ ਹੁਣ ਇਹਦੇ ਵਿੱਚ ਬਰੀਕ ਪਿਆਜ਼ ਪਾ ਦੇਣੇ ਹੈ।
ਬਰੀਕ ਕੱਟਿਆ ਹੋਇਆ ਅਦਰਕ ਪਾਉਣਾ ਯਾਦ ਨੂੰ ਅਸੀਂ ਪੂਰੇ ਹੋਣ ਤੱਕ ਭੁੰਨਣਾ ਹੈ ਪਿਆਜ ਆਪਣੇ ਭੁੱਜ ਗਏ ਹੋਏ ਆ ਹੁਣ ਇਹਦੇ ਵਿੱਚ ਦੇਗੀ ਮਿਰਚ ਪਾਉਣ ਲੱਗੀ ਹਾਂ ਨਾਲ ਹੀ ਅਸੀਂ ਇਹਦੇ ਵਿੱਚ ਕੱਟੇ ਹੋਏ ਟਮਾਟਰ ਪਾ ਦੇਣੇ ਸੁੱਕਾ ਧਨੀਆ ਗਰਮ ਮਸਾਲਾ ਕਾਲੀ ਮਿਰਚ ਹਰੀ ਮਿਰਚ ਲੰਬਾ ਬਰੀਕ ਕੱਟਿਆ ਹੋਇਆ ਅਦਰਕ ਜਿਹੜਾ ਅਸੀਂ ਪਹਿਲਾਂ ਵੀ ਪਾਇਆ ਹੋਇਆ ਸੀਗਾ ਦਾਲ ਬਾੜਦਿਆਂ ਵਿੱਚ ਹੁਣ ਅਸੀਂ ਤੜਕੇ ਵਿੱਚ ਵੀ ਪਾਉਣਾ ਤੜਕਾ ਸਾਡਾ ਪੂਰੀ ਤਰ੍ਹਾਂ ਭੁੱਜ ਗਿਆ ਹੋਇਆ ਹੁਣ ਅਸੀਂ ਇਹਨੂੰ ਦਾਲ 'ਚ ਪਾਉਣਾ ਹੁਣ ਜਿਹੜਾ ਮੇਨ ਇੰਗਰੀਡੈਂਟ ਹੈ ਮੱਖਣ ਹੈ ਜਿਹੜਾ ਅਸੀਂ ਉਹ ਵਿੱਚ ਪਾਉਣਾ ਹੁਣ ਅਸੀਂ ਇਹਨੂੰ ਚੁੱਲ੍ਹੇ ਦੇ ਉੱਤੇ ਧਰਨ ਲੱਗੇ ਹਾਂ ਫਿਰ ਮੱਖਣ ਅਸੀਂ ਇਹਦੇ ਵਿੱਚ ਪਾ ਦਿੱਤਾ ਹੋਇਆ ਹੁਣ ਅਸੀਂ ਇਹਦੇ ਵਿੱਚ ਹਰਾ ਧਨੀਆ ਵੀ ਪਾ ਦਈਏ ਤਾਂ ਕਿ ਜਿਹੜੀ ਦਾਲ ਆ ਸਾਡੀ ਉਹ ਪੂਰੀ ਤਰ੍ਹਾਂ ਤਿਆਰ ਹੋ ਜਾਵੇ ਦਾਲ ਸਾਡੀ ਬਿਲਕੁਲ ਤਿਆਰ ਹੈ ਇਹਨੂੰ ਹੁਣ ਅਸੀਂ ਸਰਵ ਕਰਦੇ ਹਾਂ ਸਰਵਿੰਗ ਬੋਲ 'ਚ ਪਾ ਕੇ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਰੈਸਿਪੀ ਬਹੁਤ ਜ਼ਿਆਦਾ ਪਸੰਦ ਆਈ ਹੋਏਗੀ ਔਰ ਤੁਸੀਂ ਘਰ ਵੀ ਇਹਨੂੰ ਟਰਾਈ ਕਰੋਗੇ ਇਸੇ ਤਰ੍ਹਾਂ ਦੀਆਂ ਹੋਰ ਵੀ ਰੈਸਿਪੀਜ਼ ਲਈ ਜੁੜੇ ਰਹੋ ਮੇਰੇ ਪੇਜ ਕੁੱਕ ਵਿਦ ਕੌਰ ਨਾਲ ਸਤਿ ਸ਼੍ਰੀ ਅਕਾਲ ਜੀ